ਬਹੁਤ ਲੱਗੀ ਭਰਾ ਵੈਦ ਕੀ ਚਲੋ ਲੱਗ ਜਾਵੇ ਤਾਂ ਵਧੀਆ ਆ ਤੁਹਾਨੂੰ ਕੀ ਲੱਗਦਾ ਲੱਗਿਆ ਹੋ ਕਿ ਨਹੀਂ ਯਾਰ ਅੰਬੈਸੀ ਤੇ ਕੋਈ ਨਹੀਂ ਇੰਗਲੈਂਡ ਦੀ ਅੰਬੈਸੀ ਤੇ ਖਾਸ ਕਰਕੇ ਕੋਈ ਯਕੀਨ ਨਹੀਂ ਆ ਇਹ ਤਾਂ ਬੰਦੇ ਜਿਹੜੇ 11-11 ਵਾਰੀ ਪਹਿਲਾਂ ਟਰੈਵਲ ਕਰ ਚੁੱਕੇ ਆ ਯੂਕੇ ਉਹਨਾਂ ਨੂੰ ਵੀ ਰਿਫਿਊਜ਼ ਕਰ ਦਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਨੂੰ ਅੱਜ ਜਾਣਾ ਪੈ ਰਿਹਾ ਇਕੱਲੇ ਨੂੰ ਫਗਵਾੜੇ ਤੇ ਫਗਵਾੜੇ ਮੈਂ ਇਸ ਕਰਕੇ ਚੱਲਾਂ ਕਿਉਂਕਿ ਮੈਨੂੰ ਉਮੀਦ ਸੀ ਮੈਂ ਯੂਕੇ ਦਾ ਵੀਜ਼ਾ ਅਪਲਾਈ ਕਰਕੇ ਆਇਆ ਸੀ ਨਾ ਤੁਸੀਂ ਦੇਖਿਆ ਹੋਣਾ ਸਾਰੇ ਡਾਕੂਮੈਂਟ ਵੀ ਤੁਹਾਨੂੰ ਦਿਖਾਏ ਸੀਗੇ ਮੈਨੂੰ ਉਮੀਦ ਸੀ ਕਿ ਅੰਬੈਸੀ ਜਿਹੜੀ ਆ ਉਹ 15 ਡੇ ਘੱਟੋ ਘੱਟ ਵਰਕਿੰਗ ਡੇਜ਼ ਲਾਊਗੀ ਹੈ ਨਾ ਬਟ ਮੈਨੂੰ ਕੱਲ੍ਹ ਸ਼ਾਮੀ ਮੈਸੇਜ ਆ ਗਿਆ ਸੀ ਫੋਨ 'ਤੇ ਕਿ ਤੇਰਾ ਪਾਸਪੋਰਟ ਅੰਬੈਸੀ ਨੇ ਡਿਸਪੈਚ ਕਰ ਦਿੱਤਾ ਆ ਲੋਕਡਾਊਨ ਤੋਂ ਬਾਅਦ ਪਹਿਲੀ ਵਾਰੀ ਵੀਜ਼ਾ ਅਪਲਾਈ ਕੀਤਾ ਕੋਈ ਹੈ ਨਾ ਅਤੇ ਕੁਝ ਨਹੀਂ ਪਤਾ ਮੈਸੀ ਨੇ ਕਿੱਦਾਂ ਮੇਰੀ ਫਾਈਲ ਦੇਖ ਕੇ ਕੀ ਰਿਐਕਟ ਕੀਤਾ ਹੋਣਾ ਵੀਜ਼ਾ ਲੱਗਾ ਹੋਊਗਾ ਜਾਂ ਫਿਰ ਰਿਫਿਊਜ਼ਲ ਆਈ ਹੋਊਗੀ ਅਤੇ ਆਈ ਹੋਪ ਸੋ ਕਿ ਚੰਗਾ ਹੀ ਹੋਵੇ ਕਿ ਹੁਣ ਜਦੋਂ ਕੋਰੀਅਰ ਖੋਲ੍ਹਾਂਗੇ ਉਦੋਂ ਹੀ ਪਤਾ ਲੱਗੂਗਾ ਕਿ ਵੀਜ਼ਾ ਲੱਗਾ ਜਾਂ ਰਿਫਿਊਜ਼ਲ ਆਈ ਆ ਕੀ ਆ ਵੀ ਆਪਾਂ ਜਾ ਰਹੇ ਹਾਂ ਜਿੱਦਾਂ ਫਗਵਾੜੇ ਪਹਿਲਾਂ ਤਾਂ ਮੈਂ ਇਕੱਲੇ ਨੇ ਜਾਣਾ ਸੀ ਪਰ ਮੈਨੂੰ ਇੱਦਾਂ ਹੁੰਦਾ ਇਕੱਲੇ ਨੂੰ ਗੱਲਾਂ ਬਾਤਾਂ ਕਰਨ ਨੂੰ ਨਾਲ ਕੋਈ ਹੋਵੇ ਤਾਂ ਬੰਦਾ ਵਧੀਆ ਰਹਿੰਦਾ ਅਤੇ ਆਹ ਬਾਈ ਨੂੰ ਬੁਲਾਉਂਦੇ ਹਾਂ ਇਹ ਬਾਈ ਹੈਗਾ ਜੀ ਸਾਰਿਆਂ ਨੂੰ ਹੈਰੀ ਸੈਣੀ ਇਹ ਮਿਊਜ਼ਿਕ ਪ੍ਰੋਡਿਊਸ ਕਰਦੇ ਆ ਮਿਊਜ਼ਿਕ ਡਾਇਰੈਕਟਰ ਆ ਮੁੰਡਾ ਅਤੇ ਬਹੁਤ ਸਾਰੇ ਗਾਣੇ ਵੀ ਆਏ ਹੋਏ ਆ ਜੇ ਤੁਸੀਂ ਕਿਸੇ ਨੇ ਗਾਣਾ ਕਰਾਉਣਾ ਹੋਵੇ ਤਾਂ ਤੁਸੀਂ ਲਿਖ ਕੇ ਸਰਚ ਕਰ ਸਕਦੇ ਹੈਨੀ ਹੈਰੀ ਸੈਣੀ ਮਿਊਜ਼ਿਕ ਡਾਇਰੈਕਟਰ ਲਿਖ ਕੇ ਸਰਚ ਕਰ ਸਕਦੇ ਹਾਂ ਅਤੇ ਮਿਕਸਿੰਗ ਮਾਸਟਰਿੰਗ ਬਹੁਤ ਸੋਹਣੀ ਕਰਦਾ ਮੁੰਡਾ ਇਹ ਅਤੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਆਪਾਂ ਕੋਲ ਭਾਅ ਜੀ ਜਿਹੜਾ ਹਾਰਡਵੇਅਰ ਆ ਪੰਜਾਬ 'ਚ ਕਿੰਨੇ ਆ ਉਹ ਤਕਰੀਬਨ ਹੋਣਾ ਆ 4-5 ਕੁ ਜਾਣਿਆਂ ਕੋਲ ਉਹ ਹਾਰਡਵੇਅਰ ਆ ਜਿਨ੍ਹਾਂ ਦੇ ਜਿਹਦੇ ਨਾਲ ਇਹ ਮਿਕਸਿੰਗ ਮਾਸਟਰਿੰਗ ਕਰਦੇ ਆ ਕਿ ਉਹਨੂੰ ਕਹਿੰਦੇ ਮੈਨਲੀ ਮੈਨਲੇ ਵਗੈਰਾ ਹੋਰ ਜਿੱਦਾਂ ਰੂਪੇਟ ਦੇ ਹੋ ਗਏ ਅਤੇ ਬਾਕੀ ਹਾਈ ਐਂਡ ਜਿਹੜੇ ਕਾਰਡ ਆ ਜਾਂਦੇ ਆ ਜਿੱਦਾਂ ਯੂਨੀਵਰਸਲ ਦੇ ਸਹੀ ਹੈ ਸਹੀ ਹੈ ਅਤੇ ਬਾਕੀ ਮੈਂ ਦੱਸਣਾ ਭੁੱਲ ਗਿਆ ਰਾਸਤੇ ਤੋਂ ਸਟੂਡੀਓ ਆਪਣੇ ਇੱਕ ਹੋਰ ਬਾਈ ਦਾ ਬਾਈ ਮੈਨੂੰ ਉੱਥੇ ਟੱਕਰ ਗਿਆ ਮੈਂ ਕਿਹਾ ਭਾਅ ਜੀ ਆ ਜਾ ਤੈਨੂੰ ਫਗਵਾੜੇ ਘੁਮਾ ਕੇ ਲਿਆਉਂਦੇ ਹਾਂ ਅਤੇ ਬਾਕੀ ਹੁਣ ਅਸੀਂ ਕੈਮਰਾ ਲੱਗੇ ਹਾਂ ਬਾਹਰ ਫਿੱਟ ਕਰਨ ਦੇ ਤੁਸੀਂ ਬਾਹਰ ਦਾ ਵਿਊ ਦੇਖੋ ਅਤੇ ਬਾਕੀ ਫਗਵਾੜੇ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਕੋਰੀਅਰ ਚੱਕਦੇ ਹਾਂ ਵੀ ਕੀ ਬਣਦਾ ਬਸ ਇੱਕੋ ਹੀ ਕਾਪੀ ਕਰਿਓ ਸਰ ਠੀਕ ਹੈ ਵਾਧੂ ਕਾਪੀਆਂ ਸਾਂਭ ਵੀ ਨਹੀਂ ਹੋਣੀਆਂ ਫਿਰ ਪਾੜ ਕੇ ਸਿੱਟਣੀਆਂ ਪੈਣੀਆਂ ਹਾਂਜੀ ਬਲੂ ਟਾਟਰ ਵਾਲੇ ਅੰਕਲ ਕੋਰੀਅਰ ਆਇਆ ਪਾਸਪੋਰਟ ਆਇਆ ਦੇਖੋ ਜੀ ਅੰਕਲ ਬਿਨਾਂ ਕਿਸੇ ਏਜੰਟ ਦੀ ਹੈਲਪ ਤੋਂ ਆਪਾਂ ਵੀਜ਼ਾ ਅਪਲਾਈ ਕੀਤਾ ਸੀ ਜੀ ਸਾਰਾ ਕੁਛ ਕਰਕੇ ਹੁਣ ਅਸੀਂ ਤਾਂ ਪਾਸਪੋਰਟ ਚੱਕਾਂਗੇ ਫਿਰ ਪਤਾ ਲੱਗੂਗਾ ਵੀਜ਼ਾ ਲੱਗਦਾ ਨਹੀਂ ਲੱਗਦਾ ਉਹਨੇ ਉਹ ਤਾਂ ਚਲੋ ਆਏ ਜਾਣਾ ਸੀ ਅੰਕਲ ਨਹੀਂ ਰਾਜੇ ਤੇ ਇੰਡੀਆ ਇੱਥੇ ਜਦ ਤੱਕ ਆਪਣੀਆਂ ਚੀਜ਼ ਹੱਥ 'ਚ ਨਾ ਆ ਜਾਏ ਅਜੇ ਵੀ ਤੁਹਾਨੂੰ ਬਲੀਵ ਨਹੀਂ ਹੋ ਰਿਹਾ ਨਾ ਹਾਂ ਗਲਤ ਨਹੀਂ ਮੈਂ ਕਹਿ ਰਿਹਾ ਨਹੀਂ ਨਹੀਂ ਸਹੀ ਗੱਲ ਆ ਇਹ ਇੰਡੀਆ ਹੈ ਬਿਲਕੁਲ ਇੱਥੇ ਕੋਈ ਗਰੰਟੀ ਨਹੀਂ ਬੜਾ ਦੀ ਦੁਕਾਨ ਆ ਸਾਰੀ ਚੱਪਲ ਬਾਹਰ ਨਿਕਲੋ ਟੁੱਟ ਜਾਏ ਅੰਦਰ ਜਾਓ ਤਾਂ ਮੈਂ ਕੀ ਕਰਾਂ ਜੀ ਸਹੀ ਸਹੀ ਗੱਲ ਆ ਸਹੀ ਗੱਲ ਆ ਸਿਸਟਮ ਹੀ ਇਦਾਂ ਦਾ ਜੀ ਕੀ ਕਰ ਸਕਦੇ ਆ ਜੀ ਹੁਣ ਸਿਸਟਮ 'ਤੇ ਰਹਿਣਾ ਇਸੇ ਸਿਸਟਮ 'ਤੇ ਰਹਿਣਾ ਇਹੀ ਕੰਟਰੀ ਜਿਹਦੇ 8-10 ਨਾਂ ਹੈਗੇ ਹੋਰ ਕੋਈ ਕੰਟਰੀ ਨਹੀਂ ਜਿਹਦੇ 10 ਨਾਂ ਹੋਣਗੇ ਹਾਂ ਇਹ ਤਾਂ ਹੈ ਦੋ ਨਾਂ ਵੀ ਨਹੀਂ ਕਿਸੇ ਵੀ ਕੰਟਰੀ ਦੇ ਬਿਲਕੁਲ 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 ਇੱਕ ਸਾਡੀ ਆਪਣੀ ਇੰਡੀਆ ਹੈ ਇਹਦੇ ਕਈ ਨਾਂ ਹੈ ਬਿਲਕੁਲ ਅੰਕਲ ਜਿਹਦਾ ਜਿਹਦਾ ਦਿਲ ਕਰਦਾ ਉਹੀ ਨਾਂ ਰੱਖ ਲੈਂਦੇ ਆ ਠੀਕ ਹੈ ਅੰਕਲ ਥੈਂਕ ਯੂ ਚੰਗਾ ਲੱਗਾ ਮਿਲ ਕੇ
ਲੋਕ ਇੱਕ ਵਾਰੀ ਆ ਗਈ ਆਪਣੇ ਦੇਸ ਗੱਡੀ 'ਚ ਜਾ ਕੇ ਕੀ ਬਣਿਆ ਯਾਰ ਤਾਂ ਪੂਰਾ ਕੰਮ ਕੌਮ ਕਰਦਾ ਲਓ ਤਾਂ ਹੈਰੀ ਭਾਜੀ ਕੋਰੀਅਰ ਆ ਗਿਆ ਪਾਸਪੋਰਟ ਪਾਸਪੋਰਟ ਅੱਛਾ ਲੱਗਿਆ ਹੁਣ ਵੀਜ਼ਾ ਇਹ ਤਾਂ ਭਾਜੀ ਹੁਣ ਖੋਲ੍ਹ ਕੇ ਪਤਾ ਇਹ ਤਾਂ ਹੁਣ ਖੋਲ੍ਹ ਕੇ ਪਤਾ ਲੱਗੂ ਖੋਲ੍ਹ ਲਈਏ ਚਲੋ ਲੱਗ ਜਾਵੇ ਤਾਂ ਵਧੀਆ ਆ ਮੇਰੇ ਹੱਥ ਕੰਬਦੇ ਮੈਨੂੰ ਲੱਗਦਾ ਤੁਹਾਨੂੰ ਕੀ ਲੱਗਦਾ ਲੱਗਿਆ ਹੋਊ ਕਿ ਨਹੀਂ ਯਾਰ ਅੰਬੈਸੀ ਤੇ ਕੋਈ ਨਹੀਂ ਇੰਗਲੈਂਡ ਦੀ ਅੰਬੈਸੀ ਦਾ ਖਾਸ ਕਰਕੇ ਕੋਈ ਯਕੀਨ ਨਹੀਂ ਹੈ ਇਹ ਤਾਂ ਬੰਦੇ ਜਿਹੜੇ 11-11 ਵਾਰੀ ਪਹਿਲਾਂ ਟਰੈਵਲ ਕਰ ਚੁੱਕੇ ਆ ਯੂਕੇ ਉਹਨਾਂ ਨੂੰ ਵੀ ਰਿਫਿਊਜ਼ ਕਰ ਦਿੰਦੇ ਆਈ ਹੋਪ ਕਿ ਵੀਜ਼ਾ ਲੱਗ ਗਿਆ ਕਿਉਂਕਿ ਰਿਫਿਊਜ਼ਲ ਲੈਟਰ ਤਾਂ ਹੈ ਨਹੀਂ ਵਿੱਚ ਕੋਈ ਵੀ ਬਾਕੀ ਪਾਸਪੋਰਟ ਖੋਲ੍ਹ ਕੇ ਦੇਖਦੇ ਹਾਂ ਉਹ ਵੀਜ਼ਾ ਵੂਜ਼ਾ ਤਾਂ ਹੈ ਹੀ ਨਹੀਂ ਯਾਰ ਲੈ ਬਈ ਲੱਗ ਗਿਆ ਹਾਂਜੀ ਦੋਸਤੋ ਵੀਜ਼ਾ ਲੱਗ ਗਿਆ ਅਤੇ ਹਾਂਜੀ 22-12-20 ਅਤੇ 22-12-20 ਤੱਕ ਪੂਰਾ 5 ਸਾਲ ਦਾ ਵੀਜ਼ਾ ਅਤੇ ਹੁਣ ਤੁਹਾਨੂੰ ਯੂਕੇ ਟਰੈਵਲ ਕਰਕੇ ਦਿਖਾ ਲਾਂਗੇ ਅਤੇ ਖਰੀਆਂ ਖਰੀਆਂ ਵੀਡੀਓ ਦਿਖਾ ਲਾਂਗੇ ਅਤੇ ਸ਼ੁਕਰੀਆ ਰੱਬਾ 180 ਦਿਨ ਥੈਂਕ ਯੂ ਭਾਅ ਜੀ 180 ਦਿਨ ਰਹਿ ਸਕਦੇ ਹਾਂ ਵੱਧ ਤੋਂ ਵੱਧ ਅਤੇ ਜਾਈਏ ਜਿੰਨੀ ਵਾਰੀ ਮਰਜ਼ੀ ਆਈਏ ਜਿੰਨੀ ਵਾਰੀ ਮਰਜ਼ੀ ਹੁਣ ਕੋਈ ਟੈਨਸ਼ਨ ਨਹੀਂ ਆ ਪਾਰਟੀ ਹੋ ਗਈ ਹੁਣ ਤੁਹਾਡੇ ਪਾਰਟੀ ਭਾਅ ਜੀ ਜ਼ਰੂਰ ਪੱਕੀ ਕੋਈ ਦਿੱਕਤ ਨਹੀਂ